हेलो फ्रेंड्स, वेलकम टू द चैनल ऑल इन वन फॉर यू। हाँ जी दोस्तों, PSSSB वालों जिहड़ी है जी कलर्क IT दियां जिहड़ी पोस्टां ने ओह कट दित्तियां गईयां ने। तां जिहड़े उम्मीदवार इस पोस्ट दियां कलर्कां दियां पोस्टां दियां जिहड़ी वेट कर रहे सी, उहनां लई बहुत ही वड्डी खुशखबरी है कि जिहड़ी कलर्क IT दियां पोस्टां ने ओह PSSSB वालों जिहड़ी है जी कट दित्तियां गईयां ने। ते इस दी जिहड़ी लास्ट डेट है, इस दी जिहड़ी सैलरी है, इस दी जिहड़ी फीस है भरन दी, इस दे विच पेपर किवें होणगे, इह जिहड़ी सारी डिटेल है अज आपां इस वीडियो दे विच करांगे। तां अज स्टार्ट करदे हां। सब तो पहला जी इन्हां ने कहा होया है जी जिहड़ी ऑनलाइन अप्लाई करन दी शुरुआत मिति है ओह 29/6 है जी, 29 जून तो है जी जिहड़ी स्टार्ट हो चुकी है। तो 29/7 जिहड़ी है जी दी लास्ट डेट है फिल करन दी। तो थोनू फीस भरन दी जिहड़ी आखिरी मिति है ओह 2/8 तक है जी जिहड़ी दित्ती गई है। इस तों इलावा ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰ ਅਸਾਮੀਆਂ ਦਾ ਵਰਗੀਕਰਨ ਅਤੇ ਪ੍ਰਾਪਤ ਨਿਯਮਾਂ ਅਨੁਸਾਰ ਗਰੁੱਪ ਸੀ ਦੀਆਂ ਕਲਰਕ ਦੀਆਂ 704 ਜਿਹੜੀ ਪੋਸਟਾਂ ਨੇ ਉਹ ਕੱਢੀਆਂ ਨੀਆਂ, ਅਤੇ ਕਲਰਕ IT ਦੀਆਂ 10 ਨੇ, ਅਤੇ ਕਲਰਕ ਲੇਖਾ ਦੀਆਂ ਜੀ 21 ਅਸਾਮੀਆਂ ਜੀ ਜਿਹੜੀਆਂ PSSSB ਵੱਲੋਂ ਕੱਢ ਦਿੱਤੀਆਂ ਗਈਆਂ ਨੇ। ਅਤੇ ਤੁਸੀਂ ਇਹਨਾਂ ਦੀ ਵੈਬਸਾਈਟ PSSB.punjab.gov.in 'ਤੇ ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਜਿਹੜਾ ਫੋਰਮ ਹੈ ਜੀ ਉਹ ਫਿਲ ਕਰ ਸਕਦੇ ਹੋ। ਅਤੇ 29/6 ਤੋਂ ਲੈ ਕੇ ਜੀ 29/7 ਤੱਕ ਸ਼ਾਮ 5 ਵਜੇ ਤੱਕ ਇਹਨਾਂ ਨੇ ਔਨਲਾਈਨ ਮੋਡ ਰਾਹੀਂ ਜਿਹੜੀ ਅਰਜ਼ੀਆਂ ਜੀ ਉਹ ਮੰਗੀਆਂ ਨੇ। ਇਸ ਤੋਂ ਇਲਾਵਾ ਇਹਨਾਂ ਨੇ ਵਰਗੀਕਰਨ ਕਰ ਦਿੱਤਾ ਕਿਹੜੇ ਕਿਹੜੇ ਦਫ਼ਤਰ ਦੇ ਵਿੱਚ ਜੀ ਕਿਹੜੀ ਕਿਹੜੀ ਪੋਸਟ ਕਲਰਕ ਦੀ ਕਲਰਕ IT ਦੀ ਜਾਂ ਜਿਹੜੀ ਜਿਹੜੀ ਵੀ ਇਹਨਾਂ ਨੇ ਪੋਸਟਾਂ ਨੇ ਉਹ ਮੈਂਸ਼ਨ ਕਰ ਦਿੱਤੀਆਂ ਨੇ। ਤੁਸੀਂ ਕਲਰਕ IT ਜਿਸ ਦੇ ਵਿੱਚ ਤੁਸੀਂ ਇੰਟਰਸਟ ਰੱਖਦੇ ਹੋ ਜੀ ਉਹ ਤੁਸੀਂ ਫਿਲ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹਨਾਂ ਨੇ ਕੁਝ ਨੋਟ ਦਿੱਤੇ ਨੇ, ਉਹ ਤੁਸੀਂ ਬਹੁਤ ਹੀ ਧਿਆਨ ਨਾਲ ਰੀਡ ਕਰ ਦੇਣੇ ਨੇ। ਇਸ ਦੀ ਜਿਹੜੀ PDF ਫਾਈਲ ਹੈ ਉਹ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਣੀ ਹੈ। ਤਾਂ ਤਨਖਾਹ ਦੀ ਗੱਲ ਕਰਾਂਗੇ ਜੀ, ਜਿਹਦੀ ਤਨਖਾਹ ਜੋ ਸੈਂਟਰਲ 7th ਪੇ ਕਮਿਸ਼ਨ ਦੇ ਹਿਸਾਬ ਸਿਰ ਜਿਹੜਾ ਪੰਜਾਬ ਦੇ ਵਿੱਚ ਲੱਗਿਆ ਉਸਦੇ ਹਿਸਾਬ ਸਿਰ ਜਿਹੜਾ ਪੇ ਹੈ ਉਹ 19,900 ਹੈ ਜੀ ਜਿਹੜੀ ਦਿੱਤੀ ਜਾਏਗੀ। ਅਤੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਟਾਈਮ 'ਤੇ ਜਿਹੜਾ ਹੈ ਜੀ ਇਸ ਦੇ ਵਿੱਚ ਜੋ ਵੀ ਸੋਧ ਕੀਤੀ ਜਾਏਗੀ ਉਹ ਹੀ ਤੁਹਾਡੇ 'ਤੇ ਲਾਗੂ ਹੋਏਗੀ। ਇਸ ਤੋਂ ਇਲਾਵਾ ਵਿੱਦਿਅਕ ਯੋਗਤਾ ਦੱਸ ਦਿੰਦੇ ਹਾਂ ਜੀ, ਕਲਰਕ ਦੀਆਂ ਅਸਾਮੀਆਂ ਵਾਸਤੇ ਜਿਹੜੀ ਵਿੱਦਿਅਕ ਯੋਗਤਾ ਉਹ ਬੈਚਲਰ ਡਿਗਰੀ, ਤਾਂ ਤੁਹਾਡੇ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਪੋਜੈਸ ਐਟਲੀਸਟ 120 ਹਾਰਸ ਕੋਰਸ, ਤਾਂ 120 ਘੰਟੇ ਦਾ ਜਿਹੜਾ ਕੰਪਿਊਟਰ ਕੋਰਸ ਹੈ ਉਹ ਹੋਣਾ ਚਾਹੀਦਾ ਹੈ, ਜਾਂ ਤੁਹਾਡੇ ਕੋਲ ਉਹ ਲੈਵਲ ਸਰਟੀਫਿਕੇਟ ਹੋਣਾ ਚਾਹੀਦਾ। ਤੁਹਾਨੂੰ ਜਿਹੜਾ ਹੈ ਜੀ ਇੱਕ ਪਹਿਲੇ ਇਸ ਤੋਂ ਪਹਿਲਾਂ ਰਿਟਨ ਪੇਪਰ ਹੋਊਗਾ ਉਹ ਤੁਹਾਨੂੰ ਕਲੀਅਰ ਕਰਨਾ ਪੈਣਾ, ਅਤੇ ਉਸ ਤੋਂ ਬਾਅਦ ਤੁਹਾਡੀ ਟਾਈਪਿੰਗ ਟੈਸਟ ਹੋਏਗਾ। ਟਾਈਪਿੰਗ ਟੈਸਟ ਦੇ ਵਿੱਚ ਤੁਹਾਨੂੰ ਪੰਜਾਬੀ ਦੀ ਟਾਈਪਿੰਗ ਅਤੇ ਇੰਗਲਿਸ਼ ਦੀ ਟਾਈਪਿੰਗ ਕਰਨੀ ਹੋਵੇਗੀ। ਪੰਜਾਬੀ ਦੀ ਟਾਈਪਿੰਗ ਰਾਵੀ ਫੋਨ ਦੇ ਵਿੱਚ ਕਰਨੀ ਹੋਏਗੀ, ਅਤੇ ਇਹਨਾਂ ਦੀ ਜਿਹੜੀ ਟਾਈਪਿੰਗ ਦੀ ਸਪੀਡ ਹੋਏਗੀ ਜੀ 30 words per minute ਦੀ ਜਿਹੜੀ ਸਪੀਡ ਹੋਏਗੀ। ਅਤੇ ਇਸ ਦੇ ਨਾਲ ਹੀ ਤੁਸੀਂ 10ਵੀਂ ਦੇ ਵਿੱਚ ਜਿਹੜੀ ਆਪਣੀ ਪੰਜਾਬੀ ਕੀਤੀ ਹੋਵੇ। ਇਸ ਤੋਂ ਇਲਾਵਾ ਕਲਰਕ IT ਦੀ ਗੱਲ ਕਰਦੇ ਹਾਂ ਜੀ, ਉਸ ਦੇ ਵਾਸਤੇ ਵੀ ਸੇਮ ਹੈ ਜੀ, ਬਟ ਇਸ ਦੇ ਵਿੱਚ ਤੁਸੀਂ ਕਲਰਕ ਦੇ ਵਿੱਚ ਜਿਵੇਂ ਸੀ ਤੁਸੀਂ ਕੋਈ ਵੀ ਗ੍ਰੈਜੂਏਸ਼ਨ ਵਾਲਾ ਜੀ ਕਲਰਕ ਭਰ ਸਕਦਾ ਸੀ, ਬਟ ਇਸ ਦੇ ਵਿੱਚ ਤੁਸੀਂ IT ਕੀਤੀ ਹੋਣੀ ਚਾਹੀਦੀ ਹੈ। ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਕਲਰਕ IT ਭਰਨ ਵਾਸਤੇ ਤੁਹਾਡੇ ਕੋਲ ਬੈਚਲਰ ਆਫ ਟੈਕਨੋਲੋਜੀ ਦਾ ਜਿਹੜਾ ਕੋਰਸ ਹੈ ਉਹ ਹੋਣਾ ਚਾਹੀਦਾ, ਤਾਂ ਹੀ ਤੁਸੀਂ ਇਸ ਨੂੰ ਫਿਲ ਕਰ ਸਕਦੇ ਹੋ। ਜਾਂ ਤੁਹਾਡੇ ਕੋਲ MSc ਹੋਣੀ ਚਾਹੀਦੀ ਹੈ ਜਾਂ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ। ਇਸ ਤੋਂ ਇਲਾਵਾ ਤੁਹਾਡਾ ਇੱਕ ਕੰਪੀਟੀਟਿਵ ਟੈਸਟ ਹੋਏਗਾ, ਉਸ ਤੋਂ ਬਾਅਦ ਤੁਹਾਡੀ ਟਾਈਪਿੰਗ ਹੋਏਗੀ। ਟਾਈਪਿੰਗ ਦੇ ਵਿੱਚ ਤੁਸੀਂ ਪੰਜਾਬੀ ਅਤੇ ਇੰਗਲਿਸ਼ 30 words per minute ਸਪੀਡ ਦੇ ਨਾਲ ਹੈ ਜੀ ਜਿਹੜਾ ਕਲੀਅਰ ਕਰਨਾ, ਅਤੇ ਤੁਹਾਡੇ ਕੋਲ 10ਵੀਂ ਦੇ ਵਿੱਚ ਪੰਜਾਬੀ ਪਾਸ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਅੱਗੇ ਜਿਹੜੀ ਇਹਨਾਂ ਨੇ ਲੇਖਾ ਦੀ ਗੱਲ ਕੀਤੀ ਹੈ, ਉਸ ਦੇ ਵਿੱਚ ਵੀ ਜਿਹੜੀ ਤੁਹਾਡੇ ਕੋਲ ਐਟਲੀਸਟ 2nd class ਬੈਚਲਰਸ ਡਿਗਰੀ ਇਨ ਕਮਰਸ ਫਰੋਮ ਰਿਕੋਗਨਾਈਜ਼ਡ ਯੂਨੀਵਰਸਿਟੀ ਐਂਡ 2 years ਵਰਕਿੰਗ ਐਕਸਪੀਰੀਅੰਸ ਆਫ ਕੰਪਿਊਟਰ ਪ੍ਰੈਫਰੈਂਸ ਵਿਲ ਬੀ ਗਿਵਨ ਟੂ ਪਰਸਨ ਹੈਵਿੰਗ ਐਕਸਪੀਰੀਅੰਸ ਇਨ ਅਕਾਊਂਟਸ ਵਰਕ ਇਨ ਗਵਰਨਮੈਂਟ ਡਿਪਾਰਟਮੈਂਟ। ਤਾਂ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਤਾਂ ਹੀ ਤੁਸੀਂ ਕਲਰਕ ਲੇਖਾ ਦੀ ਜਿਹੜੀ ਪੋਸਟ ਹੈ ਜੀ ਉਹ ਫਿਲ ਕਰ ਸਕਦੇ ਹੋ। ਤੁਹਾਡੇ ਕੋਲ ਜਦੋਂ ਤੁਸੀਂ ਫੋਰਮ ਫਿਲ ਕਰਨਾ ਤਾਂ ਤੁਹਾਡੇ ਕੋਲ ਪ੍ਰੈਫਰੈਂਸ ਜਿਹੜੀ ਹੈ ਜੋ ਮੰਗੀ ਜਾਏਗੀ, ਤੁਸੀਂ ਕਲਰਕ ਦੀ ਭਰਨਾ ਚਾਹੁੰਦੇ ਹੋ, ਕਲਰਕ IT ਦੀ ਭਰਨਾ ਚਾਹੁੰਦੇ ਹੋ, ਜਾਂ ਕਲਰਕ ਲੇਖਾ ਦੀ ਭਰਨਾ ਚਾਹੁੰਦੇ ਹੋ। ਜਿਸ ਹਿਸਾਬ ਸਿਰ ਤੁਸੀਂ ਉਸ ਦੇ ਵਿੱਚ ਪ੍ਰੈਫਰੈਂਸ 1, 2, 3 ਦੇ ਹਿਸਾਬ ਸਿਰ ਦਿਓਗੇ, ਉਸ ਹਿਸਾਬ ਸਿਰ ਤੁਹਾਡੀ ਜਿਹੜੀ ਹੈਗੀ ਹੈ ਜੋ ਵਿਚਾਰੀ ਜਾਏਗੀ। ਅਤੇ ਇਸ ਤੋਂ ਇਲਾਵਾ ਤੁਸੀਂ 10ਵੀਂ ਦੇ ਵਿੱਚ ਪੰਜਾਬੀ ਪਾਸ ਕੀਤੇ ਹੋਏ, ਤੁਹਾਡੇ ਕੋਲ ਜਿਹੜੀ ਨੌਲੇਜ ਆਫ ਕੰਪਿਊਟਰ ਉਹ ਵੀ ਹੋਵੇ। ਹੁਣ ਆਪਾਂ ਗੱਲ ਕਰਾਂਗੇ ਜੀ ਉਮਰ ਸੀਮਾ ਦੀ, ਤਾਂ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਪੰਜਾਬ ਦੇ ਡਿਪਾਰਟਮੈਂਟਸ ਦੇ ਵਿੱਚ 18 ਸਾਲ ਤੋਂ ਲੈ ਕੇ 37 ਸਾਲ ਤੱਕ ਜਿਹੜੇ ਆ ਜੀ ਪੋਸਟ ਨੂੰ ਫਿਲ ਕਰ ਸਕਦੇ ਨੇ। ਇਸ ਤੋਂ ਇਲਾਵਾ ਜਿਹੜੇ ਪਛੜੀ ਸ਼੍ਰੇਣੀ ਦੇ ਵਿੱਚ ਜਿਵੇਂ SC BC ਕੈਟੇਗਰੀਜ਼ ਹੁੰਦੀਆਂ ਨੇ, ਉਹਨਾਂ ਨੂੰ
42 साल की उम्र जी है जी लास्ट होएगी इस फॉर्म नू फिल करन वास्ते। इस तो इलावा जेडे राज ते केंद्र सरकार दे दफ्तर दे विच पहले ही काम करते हैं जेडे एम्पलॉयज़ पहले ही काम करते हैं तो उन्होंने जी है जी 45 साल लास्ट ईयर उन्हों की होएगी तो 45 साल तक वह यह पोस्ट फिल कर सकते हैं। इस तो इलावा तुहानू दस दे पंजाब दे वसनीक अनहिंग लई उपरली सीमा विच 10 साल छोड़ दिंदे होए वध तो वध उम्र सीमा 47 साल तां हैंडीकैप लई 47 साल दी है जी जिहड़ी होवेगी। एक नोट दिता गया जी राज अते केंद्र सरकार दे कर्मचारियों नू उम्र दी उपरली सीमा विच छोट लैण लई अपने विभाग तो NOC लैके काउंसलिंग समय पेश करना पवेगा। तो तुहानू जेकर तुसी थ्रू प्रोपर चैनल भरना है तो तुसी NOC नाल लगा के जो थोड़ी काउंसलिंग होएगी नाल NOC लैके जाना तो ही तुहाडी है जी थ्रू प्रोपर चैनल मनी जाएगी। इस तो इलावा तुहानू फीस दस दी है जी फीस जिहड़ी है जी जिहड़े जनरल कैटेगरी दे ने स्वतंत्रता संग्रामी ने जां खिडारी ने उन्हां लई 1000 रुपए जिहड़ी फीस है 1000 जिहड़ी फीस है रखी गई है। तो जिहड़े SC BC कैटेगरीज़ ने EWS कैटेगरीज़ ने उन्हां लई 250 साबका फौजी ते आश्रित लई जिहड़े सैल्फ डिपेंडेंट एक्स सर्विसमैन ने उन्हां लई 200 रुपीज़ ते जिहड़े हैंडीकैप लई उन्हां लई 500 रुपए जिहड़ी फीस है जी रखी गई है। तो इस तो इलावा कुछ और भी जिहड़े नोट्स ने ओह दिते गए ने तुसी इह जिहड़े अजी रीड कर सकते हो कि तुहाडी जिहड़ी सब तो पहला रिटन पेपर होगा रिटन पेपर दे विच ऑब्जेक्टिव टाइप क्वेश्चनज आउणगे उस तो बहुत तुहाडा जिहड़ा जी टाइपिंग टेस्ट होएगा पंजाबी ते इंग्लिश 30 वर्ड्स पर मिनट दी स्पीड नाल ते जिहड़ा पंजाबी दा टाइपिंग टेस्ट है ओह रावी फोंट दे विच होएगा। अंग्रेजी ते पंजाबी दा टाइपिंग टेस्ट है जिहड़ी क्वालीफाइंग नेचर होएगा ते जिहड़े तुहाडी मैरिट लिस्ट है ओह तुहाडे जिहड़ा रिटन पेपर होया उस दे हिसाब से जिन्ने नंबर तुहाडे रिटन पेपर दे विच आउणगे उसकी मैरिट लिस्ट बनेगी। तो उस तो बाद 704 पोस्टां दे विच जिवें जिवें भी इन्हां ने वंड कीती है चाहे वह SC कैटेगरी है BC कैटेगरी है जनरल कैटेगरी है जिस जिस दे विच भी तुहाडा मैरिट लिस्ट बनेगी तो उस तो बाद तुहाडी जिहड़ी फाइनल अपॉइंटमेंट होएगी। टाइप टेस्ट पास उम्मीदवार कोल असामिया तो 3 गुणा जां समर्थ अथॉरिटी दे फैसले अनुसार निर्धारित गिनती विच उम्मीदवारां नूं काउंसलिंग लई बुलाया जाएगा तो 3 गुणा जी विद्यार्थियों को बुलाया जाएगा। इस तो इलावा इस दे विच लिखा होया जी पूरी फीस प्राप्त होने निर्धारित विधि अनुसार भी जमा ना करवाने लई जिहड़ी तुहाडी उम्मीदवारता वह या रद्द कर दिती जा सकती है। तो तुसीं जिहड़ा भी इस दे विच फिल करना है फॉर्म वह बहुत ही ध्यान नाल करना है। इस दे विच जिहड़े तुसीं अपनी फोटो अपलोड करनी है जिहड़े अपने साइन अपलोड करने ने जिहड़े भी तुसीं अपने डॉक्यूमेंट्स अपलोड करने ने वह बिल्कुल सीधे साफ होने चाहिए ने कोई भी जिहड़ी है जी गलत फोटो गलत तरीके नाल जिहड़ी उपर नीचे जिवें कि आपां पासपोर्ट साइज़ फोटो की गल करिए जे वह सही तरीके ना हुई तो जिहड़ी है जी और रद्द किए जा सकते हैं। तुहानू एक बार फिर दस दिए जी लास्ट डेट है जी 29/7 है जी हजे भी 1 महीना पिया है तो तुसी इस चीज़ की वेट ना करो कि 29 तरीक तो पहला तुसी इस नू भर दो क्योंकि 29, 28, 27 जिहड़ी डेट हुंदियां ने उस दे विच जिहड़ी साइट है बहुत ही बिजी हो जाती है इसलिए तुसी इस नू पहले ही जिहड़ी है जी फिल कर देनी है। इस दे विच इंस्ट्रक्शनस लिखी हुई हैं कि सब तो पहला तुसी इंस्ट्रक्शनस फॉर अप्लाई ऑनलाइन दे विच उपर क्लिक करना उस तो बाद तुसी यूजर नेम ते पासवर्ड जनरेट करना है ते तुसी थोड़े कोल जिहड़ा OTP आऊगा उसनों फिल करके तुहाडा यूजर नेम लॉगिन जिहड़ा है यूजर नेम ते जिहड़ा पासवर्ड है वह जनरेट हो जाएगा तुहाडे फोन दे उपर तुहाडी मेल दे उपर जिहड़ा जी ईमेल आ जाएगी ते फोन दे उपर तुहाडा मैसेज आ जाऊगा। उस तो बाद तुसी लॉगिन करके स्टैप वाइज जिहड़ा एप्लीकेशन फॉर्म भर देना ते उस तो बाद तुसी अपनी पेमेंट कर देनी है ते जिहड़ा तुहाडा फॉर्म है वह मुकम्मल रूप दे विच भर दिता जाएगा। तो आज की वीडियो दे विच मैं तुहानू दस दवा कि यह जिहड़ी वीडियो सी यह उन्हां कलर्कां वास्ते कलर्क IT वास्ते ते कलर्क लेखां दी पोस्टां जिहड़ी नवीं आईयां ने उन्हां वास्ते सी जिहड़े स्टूडेंट्स जिहड़े इन्हां दी कलर्क दीआं भर्तियां दी तैयारी कर रहे ने उन्हां लई जिहड़ी बहुत ही वड्डी खुशखबरी है ते उह अपना यह जिहड़ा पोस्ट है यह भर सकते हैं तो इस दी लास्ट डेट 29 है तो तुसीं उस तो पहलां है जी यह अपनी फिल कर देनी है जी। तो बहुत ही जानकारी लई तुसीं मैनू इस वीडियो के कमेंट के विच लिख के पूछ सकते हो कि जे तुहानू कोई प्रॉब्लम आती है फीस भरन दे विच कोई भी एप्लीकेशन फॉर्म भरन दे विच कोई भी तुहानू जिहड़ी तुसीं मैनू कमेंट करके दस सकते हो। अज्ज दी वीडियो विच इन्ने तद तक लई धन्नवाद।